ਇੱਥੇ ਮਾਹੌਲ ਬਹੁਤ ਸ਼ਾਂਤ ਹੈਗਾ, ਮਤਲਬ ਇਹੋ ਜਿਹਾ ਕੋਈ ਵਿਲੜਬਾਜ਼ੀ ਨਹੀਂ ਹੋ ਰਹੀ ਹੈਗੀ, ਅਤੇ ਸਾਰੇ ਆਪੋ ਆਪਣਾ ਮਤਲਬ ਵੋਟ ਪਾਉਣ ਦਾ ਅਧਿਕਾਰ ਸਮਝ ਕੇ ਵੋਟ ਪਾ ਰਹੇ ਹਨ। ਵੋਟਾਂ ਅਮਲ ਵਾਲਾ ਪੈ ਰਹੀਆਂ, ਠੀਕ ਠਾਕ ਪੈ ਰਹੀਆਂ, ਅਮਲ ਸ਼ਾਂਤੀ ਨਾਲ ਬਿਲਕੁਲ ਪੈ ਰਹੀਆਂ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਜਿੱਥੇ ਜ਼ਿਮਨੀ ਚੋਣਾਂ ਨੂੰ ਲੈ ਕੇ ਵੋਟਰਾਂ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ, ਉੱਥੇ ਹੀ ਅੱਜ ਹਲਕਾ ਦਾਖਾ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ 1176 ਵੋਟਾਂ ਪੋਲ ਹੋ ਚੁੱਕੀਆਂ ਨੇ, ਜੋ ਕਿ ਕਰੀਬ 52% ਬਣਦੀਆਂ ਨੇ। ਤੁਸੀਂ ਵੀ ਦੇਖੋ ਹਲਕਾ ਦਾਖਾ 'ਚ ਪੈ ਰਹੀਆਂ ਚੋਣਾਂ ਦੀਆਂ ਤਸਵੀਰਾਂ। ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਦਾ ਅੱਜ ਅਖੀਰਲਾ ਦਿਨ ਹੈ, ਅੱਜ ਵੋਟਾਂ ਪੈ ਰਹੀਆਂ ਨੇ ਅਤੇ ਅੱਜ ਅਸੀਂ ਪਹੁੰਚੇ ਹਾਂ ਤੁਹਾਨੂੰ ਤਸਵੀਰਾਂ ਦਿਖਾਉਣ ਲਈ ਹਲਕਾ ਦਾਖਾ ਦੇ ਦਾਖਾ ਪਿੰਡ ਵਿੱਚ। ਦਾਖਾ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੋਲਿੰਗ ਬੂਥ ਲੱਗਾ ਹੈ ਜਿੱਥੇ ਅੱਜ ਵੋਟਾਂ ਪੈ ਰਹੀਆਂ ਨੇ, ਅਤੇ ਇਹਨਾਂ ਵੋਟਾਂ ਵਿੱਚ ਕੀ ਹੋ ਰਿਹਾ, ਕਿੱਥੇ ਵੋਟਾਂ ਪੈ ਰਹੀਆਂ, ਕਿਵੇਂ ਵੋਟਾਂ ਪੈ ਰਹੀਆਂ ਨੇ, ਅਤੇ ਤੁਹਾਨੂੰ ਅੰਦਰ ਦੀ ਝਾਤ ਪਵਾਉਂਦੇ ਹਾਂ ਜਿੱਥੇ ਵੋਟਾਂ ਪੈ ਰਹੀਆਂ। ਜ਼ਿਕਰਯੋਗ ਹੈ ਕਿ ਹਲਕਾ ਦਾਖਾ 'ਚ ਪਿੰਡ 'ਚ ਦਾਖਾ ਦੇ ਵੋਟਰਾਂ 'ਚ ਜ਼ਿਮਨੀ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉੱਥੇ ਹੀ ਵੋਟਰਾਂ ਨੇ ਕਿਹਾ ਹੈ ਕਿ ਦਾਖਾ 'ਚ ਬਹੁਤ ਹੀ ਸ਼ਾਂਤ ਮਾਹੌਲ 'ਚ ਵੋਟਾਂ ਪਾਈਆਂ ਜਾ ਰਹੀਆਂ ਨੇ ਅਤੇ ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਹੁੱਲੜਬਾਜ਼ੀ ਨਹੀਂ ਕੀਤੀ ਜਾ ਰਹੀ। ਦਾਖੇ ਪਿੰਡ ਦੇ ਰਹਿਣ ਵਾਲੇ ਹਾਂ ਅਤੇ ਇੱਥੇ ਮਾਹੌਲ ਬਹੁਤ ਸ਼ਾਂਤ ਹੈਗਾ, ਮਤਲਬ ਇਹੋ ਜਿਹਾ ਕੋਈ ਹੁੱਲੜਬਾਜ਼ੀ ਨਹੀਂ ਹੋ ਰਹੀ ਹੈਗੀ, ਅਤੇ ਸਾਰੇ ਆਪੋ ਆਪਣਾ ਮਤਲਬ ਵੋਟ ਪਾਉਣ ਦਾ ਅਧਿਕਾਰ ਸਮਝ ਕੇ ਵੋਟ ਪਾ ਰਹੇ ਹਾਂ। ਉੱਥੇ ਹੀ ਇਸ ਮੌਕੇ 'ਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਨੇ, ਕਿਸੇ ਸੰਭਾਵੀ ਹਿੰਸਾ ਦੇ ਮੱਦੇਨਜ਼ਰ ਜਗ੍ਹਾ ਜਗ੍ਹਾ 'ਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਸਾਡੀ ਗੌਰਮੈਂਟ ਪੰਜਾਬ ਸੀਨੀਅਰ ਸੈਕੰਡਰੀ ਸਕੂਲ ਦਾਖਾ ਵਿਖੇ ਸਾਡੀ ਡਿਊਟੀ ਲੱਗੀ ਆ, ਕਰੀਬ 12 ਵੱਜ ਚੱਲਿਆ, ਵੋਟਾਂ ਅਮਲ ਵਾਲਾ ਪੈ ਰਹੀਆਂ, ਠੀਕ ਠਾਕ ਪੈ ਰਹੀਆਂ, ਅਮਨ ਸ਼ਾਂਤੀ ਨਾਲ ਬਿਲਕੁਲ ਪੈ ਰਹੀਆਂ। 40% ਦੇ ਕਰੀਬ ਵੋਟਾਂ ਦੋਨੇ ਬੂਥਾਂ ਦੇ ਵਿੱਚ ਪੈ ਚੁੱਕੀਆਂ। ਜਿਹੜੇ ਪਿੰਡ ਦੇ ਵਿੱਚ ਜਿਹੜੇ ਵੋਟ ਪਾਉਣ ਆਏ, ਇਸ ਵਿੱਚ ਔਰਤਾਂ ਦੀ ਸੰਖਿਆ ਜ਼ਿਆਦਾ ਸੀ ਜਾਂ ਮਰਦਾਂ ਦੀ ਸੰਖਿਆ ਜ਼ਿਆਦਾ ਸੀ? ਔਰਤਾਂ ਅਤੇ ਮਰਦ ਤਕਰੀਬਨ ਬਸ 19-21 ਦੇ ਫਰਕ ਆ, ਔਰਤਾਂ ਥੋੜ੍ਹੀਆਂ ਘੱਟ ਸੀ, ਮਰਦ ਜ਼ਿਆਦਾ ਸੀਗੇ ਤਕਰੀਬਨ ਮੈਕਸੀਮਮ। ਦੱਸਣਯੋਗ ਹੈ ਕਿ ਜਿੱਥੇ ਦਾਖਾ 'ਚ ਵੱਖ ਵੱਖ ਜਗ੍ਹਾ 'ਤੇ ਪੋਲਿੰਗ ਸਟੇਸ਼ਨ ਬਣਾਏ ਗਏ ਨੇ, ਉੱਥੇ ਹੀ ਵੋਟਾਂ ਪਾਉਣ ਲਈ ਆ ਰਹੇ ਵੋਟਰਾਂ ਦਾ ਭਾਰੀ ਇਕੱਠ ਵੀ ਦੇਖਣ ਨੂੰ ਮਿਲਿਆ। ਇੰਨਾ ਹੀ ਨਹੀਂ, ਇੱਥੋਂ ਤੱਕ ਕਿ ਅਪਾਹਜ ਅਤੇ ਬਜ਼ੁਰਗਾਂ ਵਿੱਚ ਵੋਟਾਂ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਦੱਸ ਦਈਏ ਕਿ ਦਾਖਾ ਹਲਕੇ ਤੋਂ ਕਾਂਗਰਸ ਪਾਰਟੀ ਨੇ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਬਣਾਇਆ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਨੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਅਮਨਦੀਪ ਸਿੰਘ ਮੋਹੀ, ਆਪਣਾ ਪੰਜਾਬ ਪਾਰਟੀ ਦੇ ਸਿਮਰਨਦੀਪ ਸਿੰਘ ਅਤੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਚੋਣ ਮੈਦਾਨ ਵਿੱਚ ਡਟੇ ਹੋਏ ਨੇ। ਤੁਸੀਂ ਦੇਖਿਆ ਦਾਖਾ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਜਿੱਥੇ ਲੋਕ ਵੋਟਾਂ ਪਾ ਕੇ ਆ ਰਹੇ ਆ, ਉੱਥੋਂ ਦਾ ਤੁਸੀਂ ਹਾਲ ਦੇਖਿਆ, ਅਤੇ ਅਸੀਂ ਕੁਛ ਵੋਟਰ ਸਾਡੇ ਨਾਲ ਜੁੜੇ ਆ ਜਿਨ੍ਹਾਂ ਨੇ ਜਿਹੜੇ ਆਪਣੇ ਵੋਟ ਦਾ ਇਸਤੇਮਾਲ ਕਰਕੇ ਆਏ ਆ, ਆਪਣੀ ਮਤਦਾਨ ਕਰਕੇ ਆਏ ਆ, ਅਤੇ ਅਸੀਂ ਇਹਨਾਂ ਵੋਟਰਾਂ ਨਾਲ ਗੱਲ ਕਰਦੇ ਹਾਂ। ਆਓ ਜੀ। ਹਾਂਜੀ ਹਾਂਜੀ, ਠੀਕ। ਇਹ ਤੁਹਾਡੇ ਪਿੰਡ 'ਚ ਵੋਟਾਂ ਜਿਹੜੀਆਂ ਆਮਨਾ ਮਾਨ ਨਾਲ ਕੋਈ ਲੜਾਈ ਝਗੜਾ ਜਾਂ ਕੁਝ? ਬਿਲਕੁਲ ਠੀਕ ਆ, ਮਨ ਮਾਨ ਨਾਲ। ਦਾਖਾ ਪਿੰਡ ਦੀਆਂ ਵੋਟਾਂ ਨੇ ਜਿਹਦੇ ਵਿੱਚੋਂ ਹੁਣ ਤੱਕ 1176 ਵੋਟਾਂ ਪੋਲ ਹੋ ਚੁੱਕੀਆਂ ਨੇ, ਅਤੇ ਲੋਕ ਆਪਣੀ ਮਤ ਦਾ ਦਾਨ ਕਰਕੇ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੋਂ ਦੀ ਸਕੂਲ ਦੇ ਵਿੱਚੋਂ ਬਾਹਰ ਜਾ ਰਹੇ ਨੇ। ਮੈਂ ਕੈਮਰਾਮੈਨ ਰਕੇਸ਼ ਦੇ ਨਾਲ
ਪ੍ਰਗਟ ਸਿੰਘ ਰਾਜਿਆਣਾ, ਸਪੋਕਸਮੈਨ ਟੀਵੀ, ਲੁਧਿਆਣਾ।